ਇੱਕ ਹੱਥ 'ਚ ਖਾਲੀ ਸਿਰਿੰਜ ਤੇ ਦੂਜੀ ਬਾਂਹ ਤੇ ਨਿਸ਼ਾਨ। ਨਹਿਰ ਦੇ ਕੰਢੇ ਇੱਕ ਮੁੰਡੇ ਦੀ ਲਾਸ਼ ਮਿਲੀ ਹੈ, ਜਿਸ ਦੇ ਨੇੜਿਓਂ ਇੱਕ ਖਾਲੀ ਸਿਰਿੰਜ ਮਿਲੀ ਹੈ ਤੇ ਇਹ ਜ਼ਾਹਰ ਹੋ ਰਿਹਾ ਹੈ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲ ਇਸ ਦੀ ਮੌਤ ਹੋਈ ਹੈ। ਇੱਕ ਹੋਰ ਮਾਂ ਦੀ ਕੁੱਖ ਇਸ ਨਸ਼ੇ ਨੇ ਉਜਾੜ ਦਿੱਤੀ ਹੈ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਧਰ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਨਹਿਰ ਦਾ ਕੰਢਾ ਨਹੀਂ ਬਲਕਿ ਨਸ਼ੇੜੀਆਂ ਦਾ ਅੱਡਾ ਹੈ। ਇੱਥੇ ਨਿਤ ਦਿਨ ਕੋਈ ਨਾ ਕੋਈ ਨਸ਼ੇੜੀ ਆ ਕੇ ਟੀਕੇ ਲਾਉਂਦਾ ਹੈ। ਸਿਰਿੰਜਾਂ ਨਹਿਰ ਦੇ ਕੰਢਿਓਂ ਹੀ ਮਿਲਦੀਆਂ ਨੇ। ਇਸੇ ਚੱਲਦਿਆਂ ਪੁਲਿਸ ਦੇ ਵੱਲੋਂ ਵੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਇਸ ਇਲਾਕੇ ਦੇ ਚੱਪੇ ਚੱਪੇ ਦੀ ਤਲਾਸ਼ੀ ਲਈ ਗਈ ਹੈ। ਬਠਿੰਡਾ ਦੀ ਸਰਹੰਦ ਨਹਿਰ ਦੀਆਂ ਤਸਵੀਰਾਂ ਨੇ, ਜਿਸ ਦੇ ਨੇੜਿਓਂ ਹੀ ਇਸ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੇ ਕੋਲੋਂ ਇੱਕ ਖਾਲੀ ਸਿਰਿੰਜ ਮਿਲੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲ ਇਸ ਦੀ ਮੌਤ ਹੋਈ ਹੈ। ਉਧਰ ਹੀ ਪੁਲਿਸ ਨੇ ਵੀ ਇੱਥੇ ਸਖਤੀ ਦਿਖਾਈ ਹੈ ਤੇ ਨਾਲ ਹੀ ਇਸ ਪੂਰੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਹੈ, ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਨਹਿਰ ਦੇ ਕੰਢੇ ਤੇ ਅਕਸਰ ਹੀ ਨਸ਼ੇੜੀ ਆਉਂਦੇ ਨੇ, ਨਸ਼ਿਆਂ ਦੇ ਟੀਕੇ ਲਾਉਂਦੇ ਨੇ ਤੇ ਕਈਆਂ ਦੀ ਮੌਤ ਹੋ ਜਾਂਦੀ ਹੈ। ਨਹਿਰ ਦੇ ਕੰਢਿਓਂ ਖਾਲੀ ਸਿਰਿੰਜਾਂ ਵੀ ਸੁੱਟੀਆਂ ਹੋਈਆਂ ਮਿਲਦੀਆਂ ਨੇ, ਜਿਸ ਕਰਕੇ ਪਿੰਡ ਵਾਲਿਆਂ ਦੇ ਵੱਲੋਂ ਅਕਸਰ ਹੀ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਸੀ। ਤਾਂ ਹੁਣ ਜਦੋਂ ਇੱਥੇ ਇੱਕ ਹੋਰ ਮੁੰਡੇ ਦੀ ਲਾਸ਼ ਮਿਲੀ ਹੈ ਤਾਂ ਪੁਲਿਸ ਦੇ ਵੱਲੋਂ ਨਹਿਰ ਦੇ ਆਸੇ ਪਾਸੇ ਦੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਹੈ, ਚੱਪੇ ਚੱਪੇ ਦੀ ਤਲਾਸ਼ੀ ਲਈ ਗਈ ਹੈ। ਅੱਜ ਸਾਡੇ ਸਹਾਰਾ ਕੰਟੋਰਮ ਵਿੱਚ ਫੋਨ ਆਇਆ ਕਿ ਆ ਜਿਹੜੀ ਸਰਹਿੰਦ ਨਹਿਰ ਹੈ ਉੜੀਆ ਕਲੋਨੀ ਅਤੇ ਬੈਮਨ ਦੇ ਵਿੱਚ ਜਿਹੜਾ ਰੇਲਵੇ ਸਾਈਕਲ ਟਰੈਕ ਪੈਂਦਾ, ਇਹ ਟਰੈਕ ਦੇ ਉੱਤੇ ਕਿਸੇ ਨੌਜਵਾਨ ਮੁੰਡੇ ਦੀ ਡੈੱਡ ਬੋਡੀ ਪਈ ਹੈ। ਆ ਕੇ ਦੇਖਿਆ ਤਾਂ ਇੱਕ ਨੌਜਵਾਨ ਮੁੰਡੇ ਦੀ ਡੈੱਡ ਬੋਡੀ ਪਈ ਹੈ, ਕੋਲੇ ਇੱਕ ਸਿਰਿੰਜ ਮਿਲੀ ਹੈ, ਇਹਦੀ ਬਾਂਹ 'ਤੇ ਅੱਧੀ ਬਾਂਹ 'ਤੇ ਟੈਟੂ ਬਣਿਆ ਹੋਇਆ, ਇੱਕ ਹੱਥ 'ਚ ਕਾਲੇ ਰੰਗ ਦੀ ਘੜੀ ਬੰਨੀ ਹੋਈ ਹੈ। ਅਤੇ ਨੌਜਵਾਨ ਮੁੰਡਾ ਹੈ, ਉਮਰ ਇਹਦੀ ਘੱਟੋ ਘੱਟ 25 ਤੋਂ 30 ਸਾਲ ਜਾਪਦੀ ਹੈ। ਅਤੇ ਥਾਣਾ ਥਰਮਲ ਦੀ ਪੁਲਿਸ ਨੂੰ ਸੂਚਨਾ ਦਿੱਤਾ, ਪੁਲਿਸ ਘਟਨਾ ਸਥਲ 'ਤੇ ਆਏਗੀ। ਇਸ ਦੀ ਕਾਰਵਾਈ ਤੋਂ ਬਾਅਦ ਇਹਦੀ ਡੈੱਡ ਬੋਡੀ ਚੱਕ ਕੇ ਸਿਵਲ ਹੋਸਪਿਟਲ ਮੋਰਚੇ ਜ਼ਿਲ੍ਹੇ ਰੱਖ ਦਿੱਤੀ ਜਾਊਗੀ। ਇਹਦੀ ਜੇਬਾਂ ਦੇ ਵਿੱਚੋਂ ਹਜੇ ਤੱਕ ਕੁਛ ਲੱਭਿਆ ਨਹੀਂ, ਕੋਲੇ ਇੱਕ ਐਕਟੀਵਾ ਸਕੂਟਰੀ ਖੜ੍ਹੀ ਹੈ, ਪੁਲਿਸ ਆਪ ਦੀ ਤਫਤੀਸ਼ ਕਰ ਰਹੀ ਹੈ। ਹਾਂ, ਇਹ ਸਾਨੂੰ ਕੋਈ 6 ਵਜੇ ਪਤਾ ਲੱਗਿਆ ਸੀ ਕਿ ਇੱਥੇ ਕੋਈ ਡੈੱਡ ਬੋਡੀ ਪਈ ਹੈ। ਅਸੀਂ ਉਸ ਵੇਲੇ ਆ ਗਏ ਸੀ, ਆ ਕੇ ਅਸੀਂ ਸਾਡੇ ਕੰਟਰੋਲ ਰੂਮ 'ਤੇ ਦੱਸਿਆ ਹੈ ਅਤੇ ਥਰਮਲ ਦਾ ਇਲਾਕਾ ਹੋਣ ਦੇ ਕਰਕੇ ਥਰਮਲ ਥਾਣੇ ਦੇ ਵਿੱਚ ਸੂਚਿਤ ਕੀਤਾ। ਸਹਾਰਾ ਦੀ ਐਂਬੂਲੈਂਸ ਇਹਨਾਂ ਨੂੰ ਕੀਤਾ, ਸਹਾਰਾ ਦੀ ਐਂਬੂਲੈਂਸ ਆ ਚੁੱਕੀ ਹੈ, ਥਾਣਾ ਥਰਮਲ ਤੋਂ ਜਿਹੜਾ ਹੈਗਾ ਆਈ ਓ ਵੀ ਆ ਚੁੱਕੀ ਹੈ। ਤੂੰ ਬੰਦੇ ਪਛਾਣ ਹੋਈ ਹੈ ਜੀ? ਹਾਂ, ਬੰਦੇ ਦੀ ਪਛਾਣ ਕਰਨ ਦੀ ਯਤਨ ਕਰ ਰਹੇ ਹਾਂ, ਇਹ ਲੋਕਲੀ ਲੱਗ ਰਿਹਾ ਅਤੇ ਇਹਦੇ ਦੋ ਸਕੂਟਰ ਮਿਲੇ ਵਾਈਟ ਰੰਗ ਦਾ, ਉਸ ਸਕੂਟਰ ਦੇ ਅਜੇ ਬਾਅਦ ਇੱਕ ਹੱਥ 'ਚ ਖਾਲੀ ਸਿਰਿੰਜ ਤੇ ਦੂਜੀ ਬਾਂਹ ਦੇ ਨਿਸ਼ਾਨ। ਨਹਿਰ ਦੇ ਕੰਢੇ ਇੱਕ ਮੁੰਡੇ ਦੀ ਲਾਸ਼ ਮਿਲੀ ਹੈ, ਜਿਸ ਦੇ ਨੇੜਿਓਂ ਇੱਕ ਖਾਲੀ ਸਿਰਿੰਜ ਮਿਲੀ ਹੈ ਤੇ ਇਹ ਜ਼ਾਹਰ ਹੋ ਰਿਹਾ ਹੈ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲ ਇਸ ਦੀ ਮੌਤ ਹੋਈ ਹੈ। ਇੱਕ ਹੋਰ ਮਾਂ ਦੀ ਕੁੱਖ ਇਸ ਨਸ਼ੇ ਨੇ ਉਜਾੜ ਦਿੱਤੀ ਹੈ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਧਰ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਨਹਿਰ ਦਾ ਕੰਢਾ ਨਹੀਂ ਬਲਕਿ ਨਸ਼ੇੜੀਆਂ ਦਾ ਅੱਡਾ ਹੈ। ਇੱਥੇ ਨਿਤ ਦਿਨ ਕੋਈ ਨਾ ਕੋਈ ਨਸ਼ੇੜੀ ਆ ਕੇ ਟੀਕੇ ਲਾਉਂਦਾ ਹੈ। ਸਿਰਿੰਜਾਂ ਨਹਿਰ ਦੇ ਕੰਢਿਓਂ ਹੀ ਮਿਲਦੀਆਂ ਨੇ। ਇਸੇ ਚੱਲਦਿਆਂ ਪੁਲਿਸ ਦੇ ਵੱਲੋਂ ਵੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਇਸ ਇਲਾਕੇ ਦੇ ਚੱਪੇ ਚੱਪੇ ਦੀ ਤਲਾਸ਼ੀ ਲਈ ਗਈ ਹੈ। ਬਠਿੰਡਾ ਦੀ ਸਰਹੰਦ ਨਹਿਰ ਦੀਆਂ ਤਸਵੀਰਾਂ ਨੇ, ਜਿਸ ਦੇ ਨੇੜਿਓਂ ਹੀ ਇਸ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੇ ਕੋਲੋਂ ਇੱਕ ਖਾਲੀ ਸਿਰਿੰਜ ਮਿਲੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲ ਇਸ ਦੀ ਮੌਤ ਹੋਈ ਹੈ। ਉਧਰ ਹੀ ਪੁਲਿਸ ਨੇ ਵੀ ਇੱਥੇ ਸਖਤੀ ਦਿਖਾਈ ਹੈ ਤੇ ਨਾਲ ਹੀ ਇਸ ਪੂਰੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਹੈ, ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਨਹਿਰ ਦੇ ਕੰਢੇ ਤੇ ਅਕਸਰ ਹੀ ਨਸ਼ੇੜੀ ਆਉਂਦੇ ਨੇ, ਨਸ਼ਿਆਂ ਦੇ ਟੀਕੇ ਲਾਉਂਦੇ ਨੇ ਤੇ ਕਈਆਂ ਦੀ ਮੌਤ ਹੋ ਜਾਂਦੀ ਹੈ। ਨਹਿਰ ਦੇ ਕੰਢਿਓਂ ਖਾਲੀ ਸਿਰਿੰਜਾਂ ਵੀ ਸੁੱਟੀਆਂ ਹੋਈਆਂ ਮਿਲਦੀਆਂ ਨੇ, ਜਿਸ ਕਰਕੇ ਪਿੰਡ ਵਾਲਿਆਂ ਦੇ ਵੱਲੋਂ ਅਕਸਰ ਹੀ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਸੀ। ਤਾਂ ਹੁਣ ਜਦੋਂ ਇੱਥੇ ਇੱਕ ਹੋਰ ਮੁੰਡੇ ਦੀ ਲਾਸ਼ ਮਿਲੀ ਹੈ ਤਾਂ ਪੁਲਿਸ ਦੇ ਵੱਲੋਂ
ਨਹਿਰ ਦੇ ਆਸੇ ਪਾਸੇ ਦੇ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਹੈ, ਚੱਪੇ ਚੱਪੇ ਦੀ ਤਲਾਸ਼ੀ ਲਈ ਗਈ ਹੈ।